हेलो स्टूडेंट्स हां जी आज अपन सोशलाइजेशन जाने के समाजीकरण दी थर्ड थ्योरी कर रहे हैं ओके सो so, दो अपन थ्योरीज ऑलरेडी कर चुके हैं जिन्होंने वो वीडियोस नहीं देखीयां ता जरूर देख लेना बिकॉज़ वो एक इंपॉर्टेंट कांसेप्ट है समाजीकरण दी प्रक्रिया दा तीनों थ्योरीज ओके सो so, आज दी थ्योरी अपनी की है आई एंड मी किसने दी थी है थ्योरी जी एच मीड ने ਸੋ ਦੇਖਾਂਗੇ ਕਿਸ ਬਾਰੇ ਇਹਨਾਂ ਨੇ ਇਸ ਵਿੱਚ ਗੱਲ ਕਰੀ ਹੈ ਕਿ ਤੁਹਾਡਾ ਜਿਹੜਾ ਸੈਲਫ ਆ ਉਹ ਕਿਵੇਂ ਕਨਸਟਰਕਟ ਹੁੰਦਾ ਆ ਓਕੇ ਸੋ ਸਿੰਬੋਲਿਕ ਇੰਟਰੈਕਸ਼ਨ ਦੀ ਗੱਲ ਕਰੀ ਹੈ ਇਸ ਦੇ ਵਿੱਚ ਉਹਨਾਂ ਨੇ ਸੋ ਇਸ ਨੂੰ ਪ੍ਰੋਪਰ ਚੰਗੀ ਤਰ੍ਹਾਂ ਨਾਲ ਸਮਝਾਂਗੇ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਹਾਂਜੀ ਕੀ ਡਿਸਕਸ ਕਰਾਂਗੇ ਅੱਜ ਆਪਾਂ ਆਈ ਐਂਡ ਮੇਨ ਦੀ ਥਿਊਰੀ ਨੂੰ ਡਿਸਕਸ ਕਰਾਂਗੇ ਜੋ ਕਿਸ ਨੇ ਦਿੱਤੀ ਹੈ ਜੀ ਐਚ ਮਿੰਟ ਜੀ ਐਚ ਮੀਡ ਜਾਨੇ ਕਿ ਜਾਰਜ ਹਵਰਟ ਮੀਡ ਨੇ ਦਿੱਤੀ ਆ ਜੋ ਕਿ ਇੱਕ ਅਮਰੀਕਨ ਸੋਸ਼ੀਓਲੋਜਿਸਟ ਸੀਗੇ ਓਕੇ ਸੋ ਇਹਨੂੰ ਪ੍ਰੋਪਰ ਸਮਝਦੇ ਆ ਹਾਂਜੀ ਇੱਥੇ ਆਪਾਂ ਮੀ ਐਂਡ ਆਈ ਨੂੰ ਕਲੀਅਰ ਕਰਾਂਗੇ ਕਿ ਕਨਸੈਪਟ ਆ ਇਸ ਦਾ ਸੋ ਕੀ ਹੈ ਆਪਣਾ ਦ ਮੀ ਇਜ਼ ਦਾ ਸੋਸ਼ੀਅਲਾਈਜ਼ਡ ਅਸਪੈਕਟ ਆਫ ਦਾ ਪਰਸਨ ਐਂਡ ਦਾ ਆਈ ਇਜ਼ ਦਾ ਐਕਟਿਵ ਅਸਪੈਕਟ ਆਫ ਅ ਪਰਸਨ ਠੀਕ ਹੈ ਸੋ ਕੀ ਭਾਵ ਹੈ ਇਸ ਤੋਂ ਕੀ ਮੀਨਿੰਗ ਆ ਸਮਝਦੇ ਆ ਉਹਨੂੰ ਜਿਹੜਾ ਆਈ ਮੀ ਹੈ ਇੱਥੇ ਸਮਾਜੀਕਰਨ ਪਹਿਲੂ ਅਮੀ ਇੱਕ ਮੀ ਜਾਣੇ ਕਿ ਮੈਨੂੰ ਉਹ ਕਿਸ ਦਾ ਪਹਿਲੂ ਆ ਵਿਅਕਤੀ ਦਾ ਸਮਾਜਿਕ ਪਹਿਲੂ ਆ ਇੱਕ ਠੀਕ ਹੈ ਜਦੋਂ ਕਿ ਆਈ ਹੈ ਜਿਹੜਾ ਉਹ ਵਿਅਕਤੀ ਦਾ ਕਿਰਿਆਸ਼ੀਲ ਜਾਣੇ ਕਿ ਐਕਟਿਵ ਪਹਿਲੂ ਆ ਸੋ ਜਿਹੜਾ ਮੈਨੂੰ ਆ ਉਸ ਤੋਂ ਆਪਾਂ ਸਮਾਜਿਕरण ਸਮਾਜ ਵਿੱਚ ਵਿਚਰਨ ਤੋਂ ਬਾਅਦ ਜਦੋਂ ਆਪਾਂ ਖੁਦ ਨੂੰ ਦੇਖਦੇ ਆ ਆਪਣੇ ਇੱਕ ਐਸਪੈਕਟ ਬਣਾਉਨੇ ਆ ਸੋ ਉਹ ਕੀ ਹੁੰਦਾ ਆ ਮੈਨੂੰ ਜਾਣੇ ਕਿ ਮੀਨ ਦਾ ਐਸਪੈਕਟ ਹੁੰਦਾ ਆ ਠੀਕ ਹੈ ਐਂਡ ਜਿਹੜਾ ਆਈ ਹੈ ਉਹ ਕੀ ਆ ਇੱਕ ਐਕਟਿਵ ਐਸਪੈਕਟ ਆ ਜਿਹੜਾ ਕਿ ਐਜ਼ ਅ ਪਰਸਨ ਆਪਾਂ ਖੁਦ ਨੂੰ ਦੇਖਦਾ ਕੋਈ ਵਿਅਕਤੀ ਐਜ਼ ਅ ਪਰਸਨ ਖੁਦ ਨੂੰ ਵੇਖਦਾ ਆ ਉਹਨੂੰ ਆਪਾਂ ਐਕਟਿਵ ਐਸਪੈਕਟ ਜਾਣੇ ਕਿ ਆਈ ਦਾ ਐਸਪੈਕਟ ਕਹਾਂਗੇ ਅਗਰ ਇੱਥੇ ਆਪਾਂ ਐਗਜ਼ਾਮਪਲ ਲੈਣ ਦੀ ਕੋਸ਼ਿਸ਼ ਕਰੀਏ ਇੱਕ ਐਗਜ਼ਾਮਪਲ ਲੈਣੇ ਆ ਕਿ ਆਪਾਂ ਕੋਈ ਸੈਂਟੈਂਸ ਬਣਾਉਣੇ ਆ ਠੀਕ ਹੈ ਆਪਣੇ ਕੋਲ ਕੋਈ ਸੈਂਟੈਂਸ ਆ ਜਿਸ ਵਿੱਚ ਆਪਣਾ ਕੀ ਹੁੰਦਾ ਆ ਸਟਾਰਟ ਕਰਦੇ ਆ ਸਬਜੈਕਟ ਐਂਡ ਲਾਸਟ ਚ ਕੀ ਹੁੰਦਾ ਆਪਣਾ ਆਬਜੈਕਟ ਓਕੇ ਸੋ ਇੱਥੇ ਜਿਹੜਾ ਆਬਜੈਕਟ ਆ ਆਪਾਂ ਜਦੋਂ ਯੂਜ਼ ਕਰਦੇ ਆ ਉੱਥੇ ਆਪਾਂ ਕੀ ਯੂਜ਼ ਕਰਦੇ ਆ ਮੀ ਠੀਕ ਹੈ ਜਦੋਂ ਸਬਜੈਕਟ ਯੂਜ਼ ਕਰਦੇ ਆ ਤਾਂ ਉਥੇ ਆਪਾਂ ਕੀ ਯੂਜ਼ ਕਰਦੇ ਆ ਆਈ ਠੀਕ ਹੈ ਸੋ ਜਿਹੜਾ ਮੀ ਆ ਉਹ ਇੱਕ ਆਬਜੈਕਟ ਪਾਰਟ ਆ ਆਬਜੈਕਟ ਦਾ ਪਾਰਟ ਆ ਸੋ ਜਿਹੜਾ ਆਈ ਆ ਉਹ ਸਬਜੈਕਟ ਦਾ ਪਾਰਟ ਆ ਠੀਕ ਹੈ ਸਬਜੈਕਟ ਦਾ ਜਿੱਥੇ ਰੋਲ ਪਲੇ ਕਰਦਾ ਹੈ ਉਹ ਆਈ ਕਰਦਾ ਹੈ ਤੇ ਮੀ ਆਬਜੈਕਟ ਦਾ ਰੋਲ ਪਲੇ ਕਰਦਾ ਠੀਕ ਹੈ ਜਾਣੇ ਕਿ ਕੀ ਆਈ ਇਸ ਵਿੱਚ ਮੈਨ ਸਮਝਿਆ ਜਾਂਦਾ ਕਿ ਜਦੋਂ ਆਪਾਂ ਖੁਦ ਨੂੰ ਖੁਦ ਆਪਣੇ ਆਪ ਨੂੰ ਦੇਖਦੇ ਆ ਆਪਣੇ ਆਪ ਬਾਰੇ ਕੋਈ ਅਸਪੈਕਟ ਬਣਾਉਨੇ ਆ ਉਹਨੂੰ ਆਪਾਂ ਆਈ ਦਾ ਅਸਪੈਕਟ ਕਹਾਂਗੇ ਔਰ ਜਦੋਂ ਮੈਨੂੰ ਜਾਣੇ ਕਿ ਮੀ ਦਾ ਬਣਾਉਣੇ ਆ ਸੋ ਉਹ ਕਿਹੜਾ ਅਸਪੈਕਟ ਆ ਇੱਕ ਜਦੋਂ ਆਪਾਂ ਸਮਾਜਿਕ ਤੌਰ ਤੇ ਆਪਣੇ ਆਪ ਨੂੰ ਕੋਈ ਅਸਪੈਕਟ ਨਿਰਧਾਰਿਤ ਕਰਦੇ ਆ ਉਹਨੂੰ ਆਪਾਂ ਮੈਨੂੰ ਜਾਣੇ ਕਿ ਮੀ ਦਾ ਅਸਪੈਕਟ ਕਹਾਂਗੇ ਹਾਂਜੀ ਆਪਾਂ ਕੀ ਦੇਖਦੇ ਆ ਆਈ ਐਂਡ ਮੀ ਦਾ ਕਨਸੈਪਟ ਕੀ ਆ ਠੀਕ ਹੈ ਤਾਂ ਇਹ ਕੀ ਆ ਜਿੱਦਾਂ ਕਿ ਆਪਾਂ ਪਹਿਲਾਂ ਵੀ ਦੇਖਿਆ ਸੀ ਕਿ ਇਹ ਕੀ ਆ ਅੰਡਰਸਟੈਂਡਿੰਗ ਆਫ self ਆਪਣੇ ਆਪ ਦੀ ਸਵੇ ਦੀ ਸਮਝ ਨੂੰ ਹੀ ਆਪਾਂ ਆਈ ਐਂਡ ਮੀ ਦਾ ਕਨਸੈਪਟ ਕਹਾਂਗੇ ਓਕੇ ਸੋ ਕੀ ਹੈ ਇੱਥੇ ਜਿੱਦਾਂ ਕਿ ਆਪਾਂ ਪਹਿਲਾਂ ਵੀ ਟੂ ਥੀਰੀਜ਼ ਕਰ ਚੁੱਕੇ ਹਾਂ ਉਹਦੇ ਵਿੱਚ ਵੀ ਆਪਾਂ ਇਹੀ ਕਿਹਾ ਕਿ ਆਪਾਂ ਆਪਣੇ ਆਪ ਦੀ ਪਛਾਣ ਆਇਡੈਂਟੀਟੀ ਕਿਵੇਂ ਕ੍ਰੀਏਟ ਕਰਦੇ ਹਾਂ ਆਪਾਂ ਆਪਣੀ ਆਇਡੈਂਟੀਟੀ ਕਿਵੇਂ ਕ੍ਰੀਏਟ ਕਰਦੇ ਹਾਂ ਸਮਾਜ ਵਿੱਚ ਵਿਚਰਦੇ ਹੋਏ ਉਹਨਾਂ ਦੇ ਕੁਝ ਰੂਲਸ ਨੌਨਸ ਨੂੰ ਫਾਲੋ ਕਰਦੇ ਹੋਏ ਆਪਾਂ ਆਪਣੀ ਆਇਡੈਂਟੀਟੀ ਕ੍ਰੀਏਟ ਕਰਦੇ ਹਾਂ ਠੀਕ ਹੈ ਸੋ ਇਹਦੇ ਵਿੱਚ ਕੀ ਹੈ ਆਈ ਐਂਡ ਮੀ ਇਹ ਵੀ ਸੇਮ ਕਨਸੈਪਟ ਹੈ ਕਿ ਅੰਡਰਸਟੈਂਡਿੰਗ ਆਫ ਸੈਲਫ ਜਾਨੈ ਕਿ ਸਵੈ ਦੀ ਸਮਝ ਬਣਾਉਣਾ ਸੋ ਕੀ ਹੈ ਇਸ ਦੇ ਵਿੱਚ ਵੀ ਡਵੈਲ ਅਵਰ self ਵਿਦ ਰੈਫਰੈਂਸ ਟੂ ਦਾ ਇੰਟਰੈਕਸ਼ਨ ਵੀ ਹੈ ਹਾਵ ਇਨ आवर ਸੋਸਾਇਟੀ ਸੋ ਇਹਦੇ ਵਿੱਚ ਵੀ ਕੀ ਹੈ ਕਿ ਆਪਾਂ ਇੱਕ ਆਪਣੇ ਸਮਾਜ ਵਿੱਚ ਵਿਚਰਦੇ ਹੋਏ ਸਮਾਜ ਵਿੱਚ ਰਹਿੰਦੇ ਹੋਏ ਉਸ ਨਾਲ ਇੰਟਰੈਕਟ ਕਰਦੇ ਹੋਏ ਆਪਾਂ ਆਪਣੀ ਪਛਾਣ ਬਣਾਉਂਦੇ ਆ ਠੀਕ ਹੈ ਸੋ ਇਹ ਨਹੀਂ ਕਿ ਤੁਸੀਂ ਇੱਕ ਰੂਮ ਦੇ ਵਿੱਚ ਰਹਿ ਕੇ ਆਪਣੀ ਆਇਡੈਂਟੀਟੀ ਕ੍ਰੀਏਟ ਕਰ ਸਕਦੇ ਹੋ ਨਹੀਂ ਇਹ ਆਪਾਂ ਨੂੰ ਕਿਵੇਂ ਕਰ ਸਕਦੇ ਆ ਸਮਾਜ ਵਿੱਚ ਵਿਚਰਦੇ ਹੋਏ ਉਸ ਦੇ ਰੂਲਸ ਐਂਡ ਨੋਰਮਸ ਨੂੰ ਫੋਲੋ ਕਰਦੇ ਹੋਏ ਇਹ ਚੀਜ਼ ਆਪਾਂ ਕਰ ਸਕਦੇ ਆ ਸੋ ਇਹ ਨਹੀਂ ਹੈਗਾ ਕਿ ਇਹ ਜਿਹੜਾ ਤੁਹਾਡੀ ਆਇਡੈਂਟੀ ਹੈ ਉਹ ਕਿਸੇ ਦਿਨ ਕ੍ਰੀਏਟ ਹੋਏਗੀ ਬਰਥ ਤੋਂ ਬਾਅਦ ਹੀ ਹੋਏਗੀ ਇਹ ਤਾਂ ਨਹੀਂ ਕਿ ਤੁਸੀਂ ਉਸ ਨੂੰ ਉਸ ਨਾਲ ਹੀ ਪੈਦਾ ਹੋਗੇ ਓਕੇ ਆਪਣੀ ਆਇਡੈਂਟੀ ਨਾਲ ਕੋਈ ਪੈਦਾ ਨਹੀਂ ਹੁੰਦਾ ਇਹ ਆਪਾਂ ਨੂੰ ਖੁਦ ਬਣਾਉਣੀ ਪੈਂਦੀ ਆ ਸਮਾਜ ਵਿੱਚ ਵਿਚਰਦੇ ਹੋਏ ਸੋ ਇਹ ਇੱਕ ਕਿਸਮ ਕਿਸ ਦੀ ਕਿਸਮ ਆ ਕਾਈਂਡ ਆਫ এনवायरमेंट ਠੀਕ ਆ ਵਾਤਾਵਰਣ ਦੀ ਕਿਸਮ ਆ ਸੋ ਸੰਸਾਰ ਵਿੱਚ ਰਹਿੰਦੇ ਹੋਏ ਆਪਾਂ ਕੀ ਕਰਦੇ ਆ ਕੁਝ ਅਨੁਭਵ ਅਨੁਭਵ ਕਰਦੇ ਆ ਠੀਕ ਹੈ ਇਹ ਅਨੁਭਵ ਆਪਾਂ ਕਿਸ ਤਰ੍ਹਾਂ ਨਾਲ ਕਰਦੇ ਆ ਜਿਸ ਤਰ੍ਹਾਂ ਦਾ ਆਪਾਂ ਨੂੰ ਵਾਤਾਵਰਣ ਮਿਲੇਗਾ ਆਪਣਾ এনवायरमेंट ਕਿਹਾ ਜਾਇਆ ਉਸ ਤਰ੍ਹਾਂ ਦੇ ਆਪਾਂ ਅਨੁਭਵ ਕਰਾਂਗੇ ਸੋ ਇਹ ਜੋ ਸਾਰਾ ਨਿਰਧਾਰਤ ਕਰਦਾ ਹੈ ਜੇ ਆਪਣਾ এনवायरमेंट ਵਧੀਆ ਆ ਤਾਂ ਉਸ ਨਾਲ ਆਪਣੀ ਸ਼ਕਤੀਸ਼ੀਲਤਾ ਜਿਹੜੀ ਹੋਰ ਵੀ ਨਿਖਰ ਕੇ ਸਾਹਮਣੇ ਆਏਗੀ ਓਕੇ ਸੋ ਇਹ ਸਾਰਾ ਪ੍ਰੋਸੈਸ ਕਦੋਂ ਹੁੰਦਾ ਆ ਕਦੋਂ ਆਪਾਂ ਆਪਣੀ ਆਇਡੈਂਟੀਟੀ ਕ੍ਰੀਏਟ ਕਰ ਸਕਦੇ ਹਾਂ ਤਾਂ ਸਮਾਜ ਵਿੱਚ ਰਹਿੰਦੇ ਹੋਏ ਆਪਣੇ ਨੋਰਮਸ ਰੂਲਸ ਨੂੰ ਫਾਲੋ ਕਰਦੇ ਹੋਏ ਹੀ ਆਪਾਂ ਇਹ ਪ੍ਰੋਸੈਸ ਕਰ ਸਕਦੇ ਹਾਂ ਓਕੇ ਸੋ ਨੈਕਸਟ ਕੀ ਹੈ ਜੋ ਮੈਨੂੰ ਇੱਥੇ ਮੈਨੂੰ ਆਏਗਾ ਓਕੇ ਮੈਂ ਮੈਂ ਹੀ ਆ ਰਿਹਾ ਇੱਥੇ ਤਾਂ ਇੱਥੇ ਕੀ ਆ ਜਾਏਗਾ ਮੈਨੂੰ ਜਾਨੀ ਕਿ ਮੀ ਮੀ ਕੀ ਹੈ ਮੀ অর ਦਾ self ਵੀ ਆਰ ਮੋਸਟ ਐਕੁਐਂਟਡ ਵਿਦ ਐਂਡ ਫੋਕਸ ਔਨ ਹਾਊ ਅ ਪਰਸਨ ਇੰਟਰਨਲਾਈਜ਼ ਦਾ ਐਟੀਟਿਊਡ ਆਫ ਆਦਰਸ ਸੋ ਜਿਉ ਮੀਨ ਦਾ ਪ੍ਰੋਸੈਸ ਸਾਉ ਕੀ ਆ ਕਿ ਆਪਾਂ ਦੂਜਿਆਂ ਇਸ ਵਿੱਚ ਮੀਨ ਦੇ ਪ੍ਰੋਸੈਸ ਵਿੱਚ ਆਪਾਂ ਕੀ ਕਰਦੇ ਆ ਦੂਜਿਆਂ ਦੇ ਸੋਸ਼ੀਅਲਾਈਜ਼ ਪ੍ਰੋਸੈਸ ਸੀ ਜਿੱਦਾਂ ਆਪਾਂ ਲਾਸਟ ਹੋਣੀ ਕਰਕੇ ਛੱਡੇ ਆ ਸੋ ਇਹ ਇਸ ਵਿੱਚ ਆਪਾਂ ਕੀ ਕਰਦੇ ਆ ਕਿ ਵਿਅਕਤੀ ਦੂਜਿਆਂ ਦੇ ਰਵੱਈਏ ਨੂੰ ਅਪਣਾਉਂਦਾ ਆ ਦੂਜਿਆਂ ਦੇ ਰਵੱਈਏ ਨੂੰ ਦੇਖਦਾ ਆ ਫਾਲੋ ਕਰਦਾ ਆ ਕਿ ਕਿੱਦਾਂ ਕਰ ਰਹੇ ਆ ਹੌਲੀ-ਹੌਲੀ ਆਪਾਂ ਅਨਕੌਨਸ਼ੀਅਸ ਇਸ ਵਿੱਚ ਕੁਝ ਸਿੱਖਣ ਦੀ ਜ਼ਰੂਰਤ ਨਹੀਂ ਹੁੰਦੀ ਅਨਕੌਨਸ਼ੀਅਸ ਵੇ ਨਾਲ ਹੀ ਆਪਾਂ ਆਪਣੇ ਆਪ ਵਿੱਚ ਉਹ ਚੀਜ਼ਾਂ ਲੈ ਆਉਂਦੇ ਆ ਠੀਕ ਹੈ ਅੰਦਰੂਨੀ ਤੌਰ ਤੇ ਆਪਾਂ ਉਸ ਨੂੰ ਅਪਣਾ ਲੈਣੇ ਆ ਸੋ ਇਹਦੇ ਵਿੱਚ ਆਪਾਂ ਕੀ ਕਰਦੇ ਆ ਜੋ ਦੂਜਿਆਂ ਦਾ ਐਟੀਟਿਊਡ ਆ ਉਹਨੂੰ ਆਪਾਂ ਕੀ ਕਰਦੇ ਆ ਪਰਸੀਵ ਕਰਦੇ ਆ ਮੈਨੂੰ ਦੇ ਜਾਨੀ ਕਿ ਮੀਂ ਦੇ ਪ੍ਰੋਸੈਸ ਅਸਪੈਕਟ ਦੇ ਵਿੱਚ ਓਕੇ ਸੋ ਨੈਕਸਟ ਕੀ ਆ ਜਿਹੜਾ ਮੈਂ ਆ ਸੋ ਇਹਦੇ ਵਿੱਚ ਕੀ ਆ ਉਹਨਾਂ ਵਿਚਾਰਾਂ ਸਮਝਾ ਰਵਈਏ ਨੂੰ ਦਰਸਾਉਂਦਾ ਜੋ ਅਸੀਂ ਦੂਜਿਆਂ ਨੂੰ ਪੇਸ਼ ਕਰਦੇ ਆ ਇਹਦੇ ਵਿੱਚ ਕੀ ਕਰਿਆ ਸੀ ਆਪਾਂ ਮੈਨੂੰ ਦੇ ਵਿੱਚ ਪਰਸੀਵ ਕਰਿਆ ਸੀ ਓਕੇ ਇਸ ਵਿੱਚ ਆਪਾਂ ਪਰਸੀਵ ਕਰਿਆ ਸੀਗਾ ਸੋ ਇਹਦੇ ਵਿੱਚ ਆਪਾਂ ਕੀ ਕਰਦੇ ਆ ਉਹ ਹੀ ਚੀਜ਼ ਪ੍ਰੈਜ਼ੈਂਟ ਕਰਦੇ ਆ ਠੀਕ ਹੈ ਆਪਾਂ ਇਹਦੇ ਵਿੱਚ ਮੀਨੂ ਦੇ ਵਿੱਚੋਂ ਨਾਲ ਤੋਂ ਆਪਾਂ ਨੇ ਉਹ ਚੀਜ਼ਾਂ ਨੂੰ ਲੈ ਲਿਆ ਜਾਨੀ ਕਿ ਪਣਾ ਲਿਆ ਸੋ ਇਹਦੇ ਵਿੱਚ ਕੀ ਕੀਤਾ ਆਪਾਂ ਉਹਨਾਂ ਨੂੰ ਪ੍ਰੈਜ਼ੈਂਟ ਕਰਤਾ ਦੂਜਿਆਂ ਸਾਹਮਣੇ ਪੇਸ਼ ਕਰਨ ਲੱਗੇ ਹੁਣ ਆਪਾਂ ਉਹ ਹੀ ਚੀਜ਼ ਨੂੰ ਫਾਲੋ ਕਰ ਲਿਆ ਮੀਨਸ ਆਪਣੇ ਆਪ ਦੇ ਵਿੱਚ ਠੀਕ ਹੈ ਸੋ ਇਹਦੇ ਵਿੱਚ ਕੀ ਆ ਮੇਨ ਮੀਨੂ ਦੇ ਵਿੱਚ ਆਪਾਂ ਮੀਨ ਦੇ ਵਿੱਚ ਕਨਸੈਪਟ ਵਿੱਚ ਕੀ ਕੀਤਾ ਆਪਾਂ ਪਰਸੀਵ ਕੀਤਾ ਦੂਜਿਆਂ ਦੇ ਐਟੀਟਿਊਡ ਨੂੰ ਮੈਂ ਦੇ ਵਿੱਚ ਜਾਣੇ ਕਿ ਆਈ ਦੇ ਵਿੱਚ ਉਹੀ ਚੀਜ਼ ਨੂੰ ਆਪਾਂ ਪ੍ਰੈਜ਼ੈਂਟ ਕੀਤਾ ਇਹੀ ਇਸ ਦਾ ਕਨਸੈਪਟ ਆ ਓਕੇ ਹਾਂਜੀ ਸੋ ਕੀ ਐ ਮੀ ਕੀ ਆ ਗਿਆ ਨੈਕਸਟ ਮੀ ਜਿਹਨੂੰ ਕਿ ਆਪਾਂ ਸਮਝ ਵੀ ਚੁੱਕੇ ਆ ਅਗਰ ਆਪਾਂ ਸਪੈਸੀਫਿਕ ਦੇਖੀਏ ਸੋ ਆਪਾਂ ਦੁਬਾਰਾ ਜਾਣਨ ਦੀ ਕੋਸ਼ਿਸ਼ ਕਰਦੇ ਆ ਨੂੰ ਮੀ ਨੂੰ ਕਨਸੈਪਟ ਨੂੰ ਚੰਗੀ ਤਰ੍ਹਾਂ ਸਮਝਦੇ ਆ ਓਕੇ ਸੋ ਕੀ ਐ ਮੀ ਦਾ ਕਨਸੈਪਟ ਦਾ ਮੀ ਇਸ ਕਨਸੀਡਰਡ ਦਾ ਸੋਸ਼ੀਅਲਾਈਜ਼ਡ ਸੋਸ਼ੀਅਲਾਈਜ਼ਡ ਅਸਪੈਕਟ ਆਫ ਦਾ ਇੰਡੀਵਿਜੂਅਲ ਸੋ ਕੀ ਐ ਇਹ ਇੱਕ ਮੈਨੂੰ ਆ ਜਿਹੜਾ ਉਹ ਵਿਅਕਤੀ ਦਾ ਇੱਕ ਸਮਾਜਿਕ ਪਹਿਲੂ ਆ ਠੀਕ ਹੈ ਸਮਾਜ ਵਿੱਚ ਸਮਾਜਿਕ ਪਹਿਲੂ ਆ ਜਾਣੇ ਕਿ ਸਮਾਜਿਕरण ਤੋਂ ਬਾਅਦ ਜਿਹੜਾ ਸਪੈਕਟ ਬਣਦਾ ਹੈ ਉਹਨੂੰ ਆਪਾਂ ਮੀ ਦਾ ਕਨਸੈਪਟ ਕਹਿੰਦੇ ਆ ਨੈਕਸਟ ਦੇਖਦੇ ਹਾਂ ਦਾ ਮੀ ਰਿਪਰੈਜ਼ੈਂਟਸ ਲਰਨ ਬਿਹੇਵੀਅਰਸ ਇਹਦੇ ਵਿੱਚ ਆਪਾਂ ਕੀ ਕਰਦੇ ਆ ਦੂਜਿਆਂ ਦੇ ਵਿਵਹਾਰ ਨੂੰ ਬਿਹੇਵੀਅਰ ਨੂੰ ਉਹਨਾਂ ਦੇ ਓਕੇ ਉਹਦਾ ਵਿਹਾਰ ਆ ਜਿਹੜਾ ਉਹਨੂੰ ਸਿੱਖਦੇ ਆ ਆ ਉਹਨਾਂ ਦੇ ਐਟੀਟਿਊਡਸ ਨੂੰ ਐਕਸਪੈਕਟੇਸ਼ਨਸ ਆਫ ਆਦਰਸ ਕਿ ਉਹ ਸਾਡੇ ਤੋਂ ਕੀ ਐਕਸਪੈਕਟ ਕਰਦੇ ਨੇ ਉਸ ਦੇ ਹਿਸਾਬ ਨਾਲ ਆਪਾਂ ਚੱਲਦੇ ਆਂ ਓਕੇ ਐਂਡ ਆਫ ਸੋਸਾਇਟੀ ਸੋ ਇਹ ਸੋਸਾਇਟੀ ਹੈ ਜਿਹੜੀ ਉਹਦੇ ਵਿਵਹਾਰ ਰਵਈਏ ਉਹ ਕੀ ਉਮੀਦਾਂ ਲਾਉਂਦੇ ਨੇ ਆਪਾਂ ਉਸ ਵੇ ਨਾਲ ਆਪਾਂ ਉਹਨਾਂ ਨੂੰ ਹੌਲੀ ਹੌਲੀ ਪਰਸੀਵ ਕਰਦੇ ਰਹਿੰਦੇ ਆਂ ਉਹਨਾਂ ਦੇ ਦੂਜਿਆਂ ਦੇ ਐਟੀਟਿਊਡਸ ਨੂੰ ਅਨਕੌਂਸ਼ੀਅਸ ਵੇਨਰ ਓਕੇ ਸੋ ਨੈਕਸਟ ਦੇਖਦੇ ਆਂ ਥਿਸ ਇਜ਼ ਸਮ ਟਾਈਮਜ਼ ਰੈਫਰਡ ਟੂ ਐਸ ਦਾ ਜਰਨਲਾਈਜ਼ਡ ਅਦਰ ਸੋ ਇਹਨੂੰ ਕੀ ਕਿਹਾ ਜਾਂਦਾ ਹੈ ਜਰਨਲਾਈਜ਼ਡ ਅਦਰ ਵੀ ਕਿਹਾ ਜਾਂਦਾ ਹੈ ਠੀਕ ਹੈ ਸੋ ਕੀ ਹੈ ਇਹਦੇ ਵਿੱਚ ਕੀ ਇਹ ਜਿਹੜਾ ਮੀ ਆ ਉਹ ਇੱਕ ਸੈਲਫ ਦਾ ਪਾਰਟ ਆ ਠੀਕ ਹੈ ਸੈਲਫ ਦਾ ਪਾਰਟ ਆ ਜਿਹਨੂੰ ਆਪਾਂ ਬਾਰੋਂ ਗ੍ਰਹਿਣ ਕਰਦੇ ਆ ਹਾਂਜੀ ਅਗਰ ਆਪਾਂ ਆਈ ਦੇ ਕਨਸੈਪਟ ਨੂੰ ਡਿਟੇਲਸ ਚ ਦੇਖਦੇ ਆਂ ਸੋ ਕੀ ਹੈ ਆਈ ਦਾ ਕਨਸੈਪਟ ਦਾ ਆਈ ਥੇਰਫੋਰ ਕੈਨ ਵੀ ਕਨਸੀਡਰ ਦਾ ਪ੍ਰੈਜ਼ੈਂਟ ਐਂਡ ਫਿਊਚਰ ਫੇਜ਼ ਆਫ ਦਾ ਸੈਲਫ ਠੀਕ ਹੈ ਜਿੱਦਾਂ ਕਿ ਮੀ ਇਸ ਹੀ ਜਿਹੜਾ ਉਹ ਫਾਸਟ ਸੌਰੀ ਮੀਂਸ ਹੀ ਜਿਹੜਾ ਉਹ ਪਾਸਟ ਟਰਮ ਦੇ ਵਿੱਚ ਉਹਨੂੰ ਆਪਾਂ ਕਹਿ ਸਕਦੇ ਹਾਂ ਠੀਕ ਹੈ ਜਿਹੜਾ ਆਏ ਆ ਉਹ ਪ੍ਰੈਸੈਂਟ ਐਂਡ ਫਿਊਚਰ ਫੇਸ ਦਾ ਸੈਲਫ ਦਾ ਓਕੇ ਜਾਣੇ ਕਿ ਸਵੇ ਦਾ ਵਰਤਮਾਨ ਅਤੇ ਭਵਿੱਖੀ ਪੜਾ ਮੰਨਿਆ ਜਾ ਸਕਦਾ ਹੈ ਆਈ ਨੂੰ ਠੀਕ ਹੈ ਨੈਕਸਟ ਕੀ ਆ ਦਾ ਆਈ ਰਿਪਰੈਜ਼ੈਂਟ ਦਾ ਇੰਡੀਵਿਜੁਅਲਸ ਆਇਡੈਂਟੀਟੀ ਬੇਸਡ ਜਿਹੜਾ ਉਹ ਆਪਣੀ ਇੰਡੀਵਿਜੁਅਲ ਆਇਡੈਂਟੀਟੀ ਬਣਾਉਂਦਾ ਆ ਕਿਸ ਬੇਸ ਤੇ ਬਣਾਉਂਦਾ ਆ ਔਨ ਦਾ ਰਿਸਪੌਂਸ ਆਫ ਦਾ ਮੀ ਠੀਕ ਹੈ ਜਿਵੇਂ ਕਿ ਮੀ ਦੇ ਵਿੱਚ ਕੀ ਆ ਕਿ ਉਹ ਸਮਾਜਿਕ ਨਾਰਮਸ ਐਂਡ ਰੂਲਸ ਨੂੰ ਜਿਆਦਾ ਫਾਲੋ ਕਰਦਾ ਹੈ ਵਿਅਕਤੀ ਸੋ ਉਸ ਆਧਾਰ ਤੇ ਆਪਣਾ ਉਹ ਬਣਾਉਂਦਾ ਹੈ ਆਇਡੈਂਟੀਟੀ ਬਟ ਇੰਡੀਵਿਜੂਅਲ ਆ ਜਿਹੜਾ ਉਹ ਥੋੜਾ ਇਸ ਤੋਂ ਹਟਕੇ ਹੁੰਦਾ ਹੈ ਠੀਕ ਹੈ ਜਿਹੜਾ ਮੀ ਆ ਮੀ ਵਾਲਾ ਵਿਅਕਤੀ ਹੋਏਗਾ ਉਹ ਜ਼ਿਆਦਾਤਰ ਸਮਾਜਿਕ ਵਿਅਕਤੀ ਹੋਏਗਾ ਬਿਕਾਜ਼ ਉਹ ਸਮਾਜ ਦੇ ਰੂਲਸ ਨਾਰਮਸ ਨੂੰ ਜ਼ਿਆਦਾਤਰ ਫਾਲੋ ਕਰੇਗਾ ਇਸ ਕਰਕੇ ਉਹਨੂੰ ਸਮਾਜਿਕ ਵਿਅਕਤੀ ਕਹਾਂਗੇ ਜ਼ਿਆਦਾਤਰ ਆਪਣਾ ਠੀਕ ਹੈ ਬਟ ਆ ਉਹ ਮੀ ਨਾਲੋਂ ਕੁਝ ਹਟਕੇ ਹੁੰਦਾ ਹੈ ਉਹ ਆਪਣਾ ਇਹ ਨਹੀਂ ਕਿ ਪੂਰਾ ਟੋਟਲੀ ਉਹ ਸਮਾਜ ਨੂੰ ਫੋਲੋ ਕਰ ਰਹੇ ਆ ਉਹਦੀ ਆਪਣੀ ਵੀ ਆਪਣੇ ਆਧਾਰ ਤੇ ਉਹ ਆਪਣੀ ਆਇਡੈਂਟੀਟੀ ਨੂੰ ਕ੍ਰੀਏਟ ਕਰਦਾ ਆ ਹਾਂਜੀ ਤਾਂ ਕੁਝ ਹੋਰ ਗੱਲਾਂ ਸਮਝਣ ਦੀ ਕੋਸ਼ਿਸ਼ ਕਰਦੇ ਆ ਸੋ ਕੀ ਹੈ ਜੀ ਐਚ ਮੀਡ ਹੈ ਜੋ ਉਸਨੇ ਕੀ ਦਿੱਤਾ ਆ ਕੁਝ ਪੜਾਹ ਦਿੱਤੇ ਨੇ ਠੀਕ ਹੈ ਕੁਝ ਸਟੇਜਸ ਦਿੱਤੀਆਂ ਨੇ ਹਾਂ ਸੈਲਫ ਡਿਵੈਲਪਮੈਂਟ ਦੀਆਂ ਸੋ ਉਹਨਾਂ ਨੇ ਕਿੰਨੀਆਂ 3 ਬਣਾ ਦਿੱਤੇ ਨੇ ਸਵੇ ਵਿਕਾਸ ਦੇ 3 ਬਣਾ ਦਿੱਤੇ ਨੇ ਜਿਨ੍ਹਾਂ 'ਚ ਅਸੀਂ ਲੰਘਦੇ ਹਾਂ ਓਕੇ ਸੋ ਕੀ ਹੈ ਫਰਸਟ ਆਪਣਾ ਪ੍ਰੀ ਪ੍ਰਾਇੋਰਟੀ ਸਟੇਜ ਜਾਨੇ ਕਿ ਤਿਆਰੀ ਪੜਾ ਉਹਨੂੰ ਕੀ ਕਿਹਾ ਜਾਂਦਾ 0 ਤੋਂ 2 ਸਾਲ ਦੀ ਏਜ ਦੇ ਵਿੱਚ ਨੂੰ ਆਪਾਂ ਪ੍ਰੀ ਪ੍ਰਾਇੋਰਟੀ ਸਟੇਜ ਕਹਿੰਦੇ ਹਾਂ ਇੱਥੇ ਕੀ ਕਰਦੇ ਹਾਂ ਕੀ ਹੁੰਦਾ ਹੈ ਚਿਲड्रन ਕਾਪੀ ਔਰ ਇਮਿਟੇਟ ਦਾ ਬਿਹਿਵੀਅਰਸ ਆਫ ਅਦਰਸ ਅਰਾਊਂਡ देम ਵਿਦਾਊਟ ਸਫੈਸਟੀਕੇਟਿਡ ਅੰਡਰਸਟੈਂਡਿੰਗ ਆਫ ਵਟ ਦੇ ਆਰ ਇਮਿਟੇਟਿੰਗ ਸੋ ਇਹਦੇ ਵਿੱਚ ਕੀ ਆ ਇੱਕ ਬੱਚਾ ਹੈ ਜਿਹੜਾ ਉਹ ਦੂਜਿਆਂ ਨੂੰ ਆਪਣੇ ਜੋ ਉਹਦੇ ਆਲੇ ਦੁਆਲੇ ਨੇ ਉਹਨਾਂ ਨੂੰ ਕਾਪੀ ਕਰਨਾ ਇਮਿਟੇਟ ਕਰਨਾ ਜਾਣੇ ਕਿ ਉਹਨਾਂ ਦੀ ਨਕਲ ਕਰਨ ਲੱਗ ਜਾਂਦਾ ਹੈ ਠੀਕ ਹੈ ਉਹਦੀ ਕੋਈ ਆਪਣੀ ਵਧੀਆ ਸਮਝ ਨਹੀਂ ਹੁੰਦੀ ਸਫੇਸਟੀਕੇਸ਼ਨ ਅੰਡਰਸਟੈਂਡਿੰਗ ਨਹੀਂ ਹੁੰਦੀ ਬਟ ਫਿਰ ਵੀ ਉਹ ਜਿਵੇਂ ਦੇਖਦਾ ਉਹਨਾਂ ਨੂੰ ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ ਓਕੇ ਸੋ ਸੈਕੰਡ ਕੀ ਹੈ ਪਲੇ ਸਟੇਜ ਉਹਨੂੰ ਆਪਾਂ ਕੀ ਕਹਾਂਗੇ 2 ਤੋਂ 6 ইয়ার্স ਦੀ এজ ਨੂੰ ਆਪਾਂ ਪਲੇ ਸਟੇਜ ਕਹਾਂਗੇ ਠੀਕ ਹੈ ਇਹਦੇ ਵਿੱਚ ਕੀ ਆ ਜਾਂਦਾ ਚਿਲड्रन स्टार्ट ਰੋਲ ਪਲੇਇੰਗ ਸੋਚੇ ਬੱਚਾ ਆਇਆ ਰੋਲ ਪਲੇ ਕਰਨਾ ਸਟਾਰਟ ਕਰ ਦਿੰਦਾ ਹੈ and taking on the role of significant people in their lives significant others ਜਿავے ਆਪਣੇ ਵਿੱਚ ਕਹਿ ਸਕਦੇ ਆ ਕੀ ਹੁੰਦਾ ਸਿਗਨੀਫੀਕੈਂਟ ਆਦਰਸ ਕੀ ਮਹੱਤਵਪੂਰਨ ਲੋਕ ਨੇ ਜੋ ਜਿਨ੍ਹਾਂ ਨੂੰ ਲਾਈਕ ਕਰਦਾ ਜ਼ਿਆਦਾ ਜੋ ਉਹਦੇ ਆਲੇ ਦੋਲੇ ਰਹਿੰਦੇ ਆ ਰੋਲ ਪਲੇ ਕਰਦੇ ਆ ਉਹਨੂੰ ਆਪਾਂ ਸਿਗਨੀਫੀਕੈਂਟ ਆਦਰਸ ਕਹਿੰਦੇ ਆ ਠੀਕ ਹੈ ਸੋ ਇਹਦੇ ਵਿੱਚ ਕੀ ਆ ਜਾਂਦਾ ਚਿਲड्रन ਓਨਲੀ ਟੇਕ ਔਨ ਵਨ ਰੋਲ ਐਟ ਅ ਟਾਈਮ ਇਹਦੇ ਵਿੱਚ ਕੀ ਹੁੰਦਾ ਕਿ ਬੱਚਾ ਆ ਜਿਹੜਾ ਉਹ ਇੱਕ ਟਾਈਮ ਦੇ ਵਿੱਚ ਇੱਕ ਹੀ ਰੋਲ ਪਲੇ ਕਰ ਸਕਦਾ ਠੀਕ ਹੈ ਇਹਦੇ ਵਿੱਚ ਕੀ ਹੁੰਦਾ ਆ ਹੋਰ ਤਾਂ ਉਹਨੂੰ ਥੋੜੀ ਸਮਝ ਬਣਨੀ ਸਟਾਰਟ ਹੋ ਜਾਂਦੀ ਹੈ ਉਹਨੂੰ ਪਤਾ ਹੁੰਦਾ ਕਿ ਇਹ ਉਹਦਾ ਟੀਚਰ ਹੈ ਇਹਦੇ ਪੇਰੈਂਟਸ ਨੇ ਸੋ ਉਹ ਥੋੜਾ ਜਾਨਣਾ ਨਾ ਸਟਾਰਟ ਕਰ ਦਿੰਦਾ ਇਸ ਵਿੱਚ ਨੈਕਸਟ ਹੈਗਾ ਇਹ ਗੇਮ 스테ਜ ਜਿਹੜਾ ਕਿ 7 ਸਾਲ ਤੋਂ ਉੱਪਰ ਦੀ ਉਮਰ ਆ 7 ਅਬਵ ਵੀ ਹੁੰਦਾ ਆ ਉਹਨੂੰ ਆਪਾਂ ਗੇਮ 스테ਜ ਕਹਿੰਦੇ ਆ ਓਕੇ ਸੋ ਇਹਦੇ ਵਿੱਚ ਕੀ ਆ ਜਾਂਦਾ ਹੈ ਚਿਲड्रन ਲਰਨ देयर ਰੋਲਸ ਇਨ ਰਿਲੇਸ਼ਨ ਟੂ ਆਦਰਸ ਐਂਡ ਹਾਊ ਟੂ ਟੇਕ ਔਨ ਦਾ ਰੋਲ ਆਫ एवरीवन ਐਲਸ ਇਨ ਦਾ ਗੇਮ ਇਹਦੇ ਵਿੱਚ ਉਹ ਬੱਚਾ ਹੈ ਜਿਹੜਾ ਉਹਨੂੰ ਰੂਲਸ ਪਤਾ ਲੱਗ ਜਾਂਦਾ ਹੈ ਗੇਮਸ ਦੇ ਓਕੇ ਸੋ ਇਹਦੇ ਵਿੱਚ ਉਹ ਮਲਟੀਪਲ ਰੋਲ ਪਲੇ ਕਰ ਸਕਦਾ ਹੈ ਠੀਕ ਹੈ ਅ ਸੋ ਇਹਦੇ ਵਿੱਚ ਉਹ ਮਲਟੀਪਲ ਰੋਲ ਪਲੇ ਕਰਨਾ ਸਟਾਰਟ ਕਰ ਦਿੰਦਾ ਹੈ ਤੇ ਉਹਨੂੰ ਜਿੱਦਾਂ ਰੂਲਸ ਨੋਰਮਸ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਗੇਮਸ ਦੇ ਪ੍ਰਤੀ ਵੀ ਓਕੇ ਸੋ ਇਹ ਸਾਰੀ ਚੀਜ਼ਾਂ ਆਪਣੀ ਹਾਂਜੀ ਨੈਕਸਟ ਦੇਖਾਂਗੇ ਕੁਝ ਫਾਰਮਸ ਨੇ ਫਾਰਮਸ ਆਫ ਸਿੰਬੋਲਿਕ ਇੰਟਰੈਕਸ਼ਨ ਓਕੇ ਜਾਨਣੇ ਕਿ ਇਹਦੇ ਕਿਰਿਆ ਸਿੰਬੋਲਿਕ ਇੰਟਰੈਕਸ਼ਨ ਦੇ ਕੁਝ ਰੂਪ ਨੇ ਸੋ ਇਹਦੇ ਕੀ ਰੂਪ ਹੋ ਸਕਦੇ ਨੇ ਲੈਂਗੁਏਜ ਪਲੇ ਐਂਡ ਗੇਮਸ ਓਕੇ ਇਹਦੇ ਵਿੱਚ ਆਪਾਂ ਇਹਨਾਂ ਦਾ ਯੂਜ਼ ਕਰਦੇ ਆਂ ਸੋ ਇਹਦੇ ਵਿੱਚ ਹੋਰ ਕੁਝ ਫਾਰਮਸ ਹੋ ਸਕਦੀਆਂ ਨੇ ਸਿੰਬੋਲਿਕ ਇੰਟਰੈਕਸ਼ਨ ਦੀਆਂ ਜੋ ਫਾਰਮਸ ਨੇ ਉਹ ਕੀ ਕਿਸ ਤਰ੍ਹਾਂ ਉਹਨੂੰ ਆਪਾਂ ਕਰ ਸਕਦੇ ਆਂ ਕਹਿ ਸਕਦੇ ਆਂ ਵਰਡਸ ਦੇ ਰੂਪ ਵਿੱਚ ਡੈਫੀਨੇਸ਼ਨਸ ਰੋਲ ਜੈਸਚਰਸ ਰਿਚੂਅਲਸ ਜਾਣੇ ਕਿ ਰੀਤੀ ਰਿਵਾਜ ਆਦ ਸਾਰੇ ਕਿਸ ਦੇ ਰੂਪ ਨੇ ਹੈ ਸਿੰਬੋਲਿਕ ਇੰਟਰੈਕਸ਼ਨ ਦੇ ਰੂਪ ਨੇ ਜਿਵੇਂ ਕਿ ਇੱਕ ਐਗਜ਼ਾਮਪਲ ਲੈ ਸਕਦੇ ਆਂ ਕਿ ਕੋਈ ਬੁਆਏ ਆ ਠੀਕ ਹੈ ਅਡੋਲਸੈਂਟ ਬੁਆਏ ਹੈ ਸੋ ਉਹਦੇ ਵਿੱਚ ਕੀ ਹੁੰਦਾ ਆ ਕੀ ਉਹਨੇ ਜਾਂ ਤਾਂ স্মੋਕ ਕਰਨਾ ਉਹਨੂੰ ਲਾਈਕ ਵਧੀਆ ਲੱਗਦਾ ਆ ਠੀਕ ਹੈ ਉਹਨੂੰ ਲੱਗਦਾ ਕਿ ਜੋ স্মੋਕ ਕਰਦੇ ਆ ਉਹ ਕੂਲ ਲੱਗਦਾ ਥੋੜਾ ਬੰਦਾ ਠੀਕ ਹੈ ਸੋ ਜਾਂ ਤਾਂ ਉਹਨੇ ਆਪਣੇ ਸੇਮ ਏਜ ਗਰੁੱਪ ਦੇ ਵਿੱਚ ਜੋ ਬੁਆਏਜ਼ ਨੇ ਉਹਨਾਂ ਨੂੰ ਦੇਖਿਆ ਆ ਉਹ ਚੀਜ਼ ਕਰਦੇ ਹੋਏ ਜਾਂ ਫਿਰ ਉਹਨੇ ਮੂਵੀਜ਼ ਵਗੈਰਾ 'ਚ ਦੇਖਿਆ ਕਿਸੇ ਹੀਰੋ ਨੂੰ ਇਦਾਂ ਕਰਦੇ ਹੋਏ ਸੋ ਉਹਨੂੰ ਲੱਗਦਾ ਉਹਨੂੰ ਪਤਾ ਆ ਜਾਂ ਕਿ ਇਹ ਸਿਹਤ ਲਈ ਹਾਨੀਕਾਰਕ ਹੈ ਬਟ ਫਿਰ ਵੀ ਉਹਨੂੰ ਉਹ ਚੀਜ਼ ਚੰਗੀ ਲੱਗਦੀ ਆ ਸੋ ਉਹਨੂੰ ਜੋ ਸਿੰਬल्स ਨੇ ਉਸਦੇ ਉਹ ਅਟਰੈਕਟ ਕਰ ਰਹੇ ਨੇ ਉਸ ਚੀਜ਼ ਨੂੰ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਕੀ ਕਹਾਂਗੇ ਕਿ ਇਹ ਇੱਕ ਆਪਣੇ ਸਿੰਬੋਲਿਕ ਇੰਟਰੈਕਸ਼ਨ ਦੀਆਂ ਫਾਰਮਸ ਨੇ ਹਾਂਜੀ ਦੇਖਦੇ ਹਾਂ ਕੀ ਕਨਕਲੂਜਨ ਨਿਕਲ ਕੇ ਆਉਂਦਾ ਹੈ ਠੀਕ ਹੈ ਕੀ ਸਿੱਟਾ ਨਿਕਲਦਾ ਹੈ ਜੋ ਅੱਜ ਤੁਸੀਂ ਆਪਾਂ ਜੀ ਐਚ ਮੀਡ ਦੀ ਥਿਊਰੀ ਕਰੀਆ ਕੀ ਆਣਾ ਚਾਹੁੰਦੇ ਆ ਮੀ ਡਿਫਾਈਨਸ ਦਾ ਮੀ ਐਜ਼ ਅ ਕਨਵੈਨਸ਼ਨਲ ਹੈਵਚਰ ਇੰਡੀਵਿਜੂਅਲ ਐਂਡ ਦਾ ਆਈ ਐਜ਼ ਦਾ ਨੋਵਲ ਰਿਪਲਾਈ ਟੂ ਦਾ ਇੰਡੀਵਿਜੂਅਲ ਟੂ ਦਾ ਜਰਨਲਾਈਜ਼ਡ ਆਦਰਸ ਬੋਥ ਕਮਿਊਨਿਟੀ ਐਂਡ ਇੰਡੀਵਿਜੂਅਲ ਆਟੋਨੋਮੀ ਆਰ ਨੈਸੀਸਰੀ ਟੂ ਦਾ ਆਇਡੈਂਟੀਟੀ ਤੋ ਜਿਹੜਾ ਇਸ ਮਿੰਟ ਦਾ ਕੀ ਕਹਿਣਾ ਹੈ ਕਿ ਅਗਰ ਆਪਾਂ ਆਪਣੀ ਆਈਡੈਂਟੀਟੀ ਕ੍ਰੀਏਟ ਕਰਦੇ ਆ ਉਹਦੇ ਲਈ ਆਪਾਂ ਨੂੰ ਆਈ ਐਂਡ ਮੀ ਦੋਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਕੁਝ ਅਦ ਤੱਕ ਆਪਣਾ ਕਮਿਊਨਿਟੀ ਬੇਸਿਸ ਹੋਣਾ ਚਾਹੀਦਾ ਜਿਹੜਾ ਕਿ ਕਿਸ ਨਾਲ ਡਿਪੈਂਡ ਕਰਦਾ ਹੈ ਡਿਪੈਂਡ ਹੈ ਮੀ ਤੇ ਓਕੇ ਜਾਨੀ ਕਿ ਕੁਝ ਆਪਣੇ ਵਿੱਚ ਸਮਾਜਿਕ ਰੂਲਸ ਨੋਰਮਸ ਹੋਣੇ ਚਾਹੀਦੇ ਆ ਓਕੇ ਸਮਾਜਿਕ ਪ੍ਰਤੀ ਸਮਾਜ ਪ੍ਰਤੀ ਸੈਕੰਡ ਕੀ ਹੈ ਜਿਹੜਾ ਆਈ ਆ ਜਿਹੜਾ ਕਿ ਆਟੋਨੋਮਿਨਸ ਤੇ ਬੇਸਿਸ ਹੈ ਉਹ ਵੀ ਆਪਣੇ ਵਿੱਚ ਹੋਣਾ ਜ਼ਰੂਰੀ ਹੈ ਜਾਨੈ ਕਿ ਕੁਝ ਹੱਦ ਤੱਕ ਆਪਣੇ ਵਿੱਚ ਮੈਂ ਤੇ ਕੁਝ ਹੱਦ ਤੱਕ ਮੀ ਦੋਨੋਂ ਆਪਣੇ ਆਇਡੈਂਟੀਟੀ ਕ੍ਰੀਏਟ ਕਰਨ ਲਈ ਜ਼ਰੂਰੀ ਨੇ ਸੋ ਆਈ ਹੋਪ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਥਿਉਰੀ ਨੂੰ ਐਦਾਂ ਹੀ ਹੋਰ ਇੰਪੋਰਟੈਂਟ ਵੀਡੀਓਜ਼ ਐਂਡ ਦੇਖਣ ਲਈ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਥੈਂਕਸ ਫॉर ਵਾਚਿੰਗ ਬਾਏ ਬਾਏ